ਪੁਰਤਗਾਲ ਦੀ ਨਾ ਮੈਂ ਇੱਕ ਪਹਿਲੀ ਇੱਕ ਇੰਟਰਵਿਊ ਪਾਈ ਉਹ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਆ ਉਹ ਵੀਡੀਓ ਦੇਖਣ ਤੋਂ ਬਾਅਦ ਕਾਫੀ ਲੋਕਾਂ ਨੇ ਕਾਲਾਂ ਵੀ ਆਈਆਂ ਤੇ ਕਮੈਂਟ ਵੀ ਆਏ ਆ ਕਿ ਭਾਜੀ ਹੁਣਾਂ ਤੋਂ ਕੁਛ ਪੁਛ ਸਵਾਲ ਜਿਹੜੇ ਆ ਉਹ ਪੁੱਛ ਕੇ ਸਾਡੇ ਕਲੀਅਰ ਕਰੋ ਉਹਨਾਂ ਦੇ ਵਿੱਚ ਜਿਹੜਾ ਮੇਨ ਸਵਾਲ ਇਹੀ ਸੀਗਾ ਯੂਰਪ ਵਾਲਿਆਂ ਦਾ ਜਿਹੜੇ ਯੂਰਪ ਦੇ ਵਿੱਚ ਪੱਕੇ ਨੇ ਜਿਨ੍ਹਾਂ ਕੋਲ ਯੂਰਪ ਦੇ ਪੇਪਰ ਨੇ ਕਿ ਅਸੀਂ ਆਪਣੇ ਮਾਪਿਆਂ ਨੂੰ ਬੁਲਾਉਣਾ ਚਾਹੁੰਦੇ ਆ ਯੂਰਪ ਦੇ ਵਿੱਚ ਇਗਜ਼ੈਂਪਲ ਦੇ ਤੌਰ ਤੇ ਫਰਾਂਸ ਦੇ ਵਿੱਚ ਵੀ ਜਿਹੜਾ ਕਾਫੀ ਵੀਜ਼ਾ ਰਿਫਿਊਜ਼ ਹੁੰਦਾ ਜਦੋਂ ਆਪਾਂ ਕਿਸੇ ਆਪਣੇ ਮਾਪਿਆਂ ਦਾ ਕਰਦੇ ਆ ਜਰਮਨ ਦੇ ਵਿੱਚ ਵੀ ਸਪੇਨ ਦੇ ਵਿੱਚ ਵੀ ਤੇ ਪੁਰਤਗਾਲ ਆ ਇਸ ਟਾਈਮ ਜਿਹੜੇ ਕਿ ਫੈਮਿਲੀnga ਮੰਗਾਰੇ ਆ ਲੋਕ ਤੇ ਉਹਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਆਪਾਂ ਅੱਜ ਭਾਈ ਤੋਂ ਲਵਾਂਗੇ ਕਿ ਜੇਕਰ ਤੁਹਾਡੇ ਕੋਲ ਯੂਰਪ ਦੇ ਪੇਪਰ ਨੇ ਕਿਸੇ ਵੀ ਮੁਲਕ ਦੇ ਤਾਂ ਤੁਸੀਂ ਕਿਸ ਤਰੀਕੇ ਨਾਲ ਪੁਰਤਗਾਲ ਆਪਣੇ ਮਾਪਿਆਂ ਨੂੰ ਬੁਲਾ ਸਕਦੇ ਹੋ ਭਾਈ ਦਾ ਨਾਮ ਹੈਗਾ ਆ ਸੁਖ ਅਮਲੋ ਤੁਮ ਪਾਜੀ ਹੁਣਾਂ ਦੀ ਆਈਡੀ ਆ ਫੇਸਬੁੱਕ ਦੇ ਉੱਪਰ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਪਾਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਹੁਣ ਇਹ ਦੱਸੋ ਮੈਨੂੰ ਕਿ ਵੀ ਯੂਰਪ ਦੇ ਵਿੱਚ ਜੇਕਰ ਕਿਸੇ ਕੋਲ ਕਿਸੇ ਵੀ ਮੁਲਕ ਦੇ ਪੇਪਰ ਨੇ ਜੀ ਜੀ ਇੱਥੋਂ ਦਾ ਪੁਰਤਗਾਲ ਦਾ ਕੀ ਪ੍ਰੋਸੈਸ ਆ ਕਿ ਉਸ ਇਨਸਾਨ ਕੋਲੇ 10 ਸਾਲਾਂ ਦਾ ਕਾਰਡ ਹੋਵੇ ਜਾਂ ਸਾਲ ਦਾ ਜਾਂ 2 ਸਾਲ ਦਾ ਜਾਂ ਨੈਸ਼ਨੈਟੀ ਕੀ ਪ੍ਰੋਸੈਸ ਆ ਪੁਰਤਗਾਲ ਇਸ ਦੇਖੋ ਪਾਜੀ ਜਿੱਦਾਂ ਪਹਿਲਾਂ ਬੰਦੇ ਕਿਹਾ ਨਾ ਇਟਲੀ ਦੇ ਲੋਕਾਂ ਕੋਲ ਕਾਫੀ ਲੋਕਾਂ ਕੋਲ ਓਪਨ ਜਿਹੜੇ 10 ਸਾਲ ਦੇ ਬਾ ਕਾਰਡ ਕਹਿ ਸਕਣੇ ਆ ਹਾਂਜੀ ਹੋ ਲੇਟੈਸਟ ਵਿੱਚ ਮੇਰੇ ਖਾਚ ਇੱਕ ਸਾਲ ਤੋਂ ਉਹ ਬਹੁਤ ਲੋਕ ਚੇਂਜ ਕਰਾ ਰਹੇ ਨੇ ਕਿਉਂਕਿ ਉਹ ਚੇਂਜ ਕਰਵਾਉਣ ਦਾ ਕਾਰਨ ਇਹ ਆ ਕਿ ਉਹਨਾਂ ਦੀਆਂ ਫੈਮਲੀਆ ਹਾਂਜੀ ਕਿਉਂਕਿ ਇਟਲੀ ਦੇ ਵਿੱਚ ਜਾਂ ਫਰਾਂਸ ਦੇ ਵਿੱਚ ਉਹਨੂੰ ਪਤਾ ਹੈ ਫੈਮਲੀ ਪਾਸ ਕਰਵਾਣੀ ਸਦਨੀ ਬਹੁਤ ਔਖੀ ਆ ਹਾਂਜੀ ਹੁਣ ਲੇਟੈਸਟ ਹੀ ਕੰਮ ਚੱਲ ਰਿਹਾ ਦੂਸਤੀ ਗੱਲ ਹੁਣ ਲੇਟ ਹੀ ਹੁਣ ਨੂੰ ਪਤਾ ਲੱਗਿਆ ਫਰਾਂਸ ਤੋਂ ਹੀ ਬੰਦੇ ਬਹੁਤ ਫੋਨ ਆਏ ਨੇ ਭਾਜੀ ਸਾਡੇ ਕੋਲ ਨੈਸ਼ਨਲਿਟੀਆਂ ਨੇ ਫਰਾਂਸ ਦੀਆਂ ਜਰਮਨ ਦੀਆਂ ਵੀ ਬਾਕਾਇਦਾ ਬੰਦੇ ਫੋਨ ਕੀਤੇ ਸਾਡੇ ਕੋਲ ਆਏ ਵੀ ਨੇ ਸੀ ਕੰਮ ਵੀ ਕਰਵਾਇਆ ਬੰਦਿਆਂ ਦਾ ਕੋਲਨ ਸ਼ਹਿਰ ਦੇ ਵਿੱਚ ਬੰਦੇ ਆਏ ਸੀ ਤੇ ਉਹਨਾਂ ਨੂੰ ਵੀ ਫੈਮਿਲੀ ਹਿੱਤਾਂ ਵਿੱਚ ਬਹੁਤ ਪ੍ਰੋਬਲਮ ਆਂਦੀ ਹੈ ਜਿਹੜੇ ਬੰਦੇ ਆ ਗਲੋ ਨੈਸ਼ਨਲਟੀ ਨਹੀਂ ਹੈਗੀਆਂ ਜਾਂ 5 ਸਾਲਾ ਗਾਰਡ ਆ ਜਾਂ 10 ਸਾਲਾ ਗਾਰਡ ਆ ਓਪਨ ਕਾਰਡ ਜਿਵੇਂ ਆਪਾਂ EU ਕਹਿੰਦੇ ਆ ਉਹਨਾਂ ਦਾ ਪ੍ਰੋਸੈਸ ਇੱਕ ਡਿਫਰੈਂਟ ਹੁੰਦਾ ਵਾ ਜੀ ਜਿਨ੍ਹਾਂ ਉਹਨਾਂ ਦਾ 3-4 ਮਹੀਨੇ ਜਿੱਤੇ ਆਪਾਂ ਟੈਕਸ ਦੇਣੇ ਆ ਠੀਕ ਹੈ ਜਾਂ ਬੰਦਾ ਕੰਮ ਕਰਦਾ ਜਿੱਦਾਂ ਮਰਜ਼ੀ ਹੈ ਉਹ ਬੰਦੇ ਦੀ ਥਿੰਕਿੰਗ ਹੁੰਦੀ ਹੈ ਕਿ ਬੰਦੇ ਨੇ ਪੁਰਤਗਾਲ 'ਚ ਰਹਿ ਕੇ ਕੰਮ ਕਰਨਾ ਜਾਂ ਪੁਰਤਗਾਲ 'ਚ ਬਾਹਰ ਬੈਠ ਕੇ ਕੰਮ ਕਰਵਾਉਣਾ ਜੀ ਓਕੇ ਉਹਦਾ ਪ੍ਰੋਸੈਸ ਇੱਕ ਅਲੱਗ ਆ ਜਾਂਦਾ ਜੀ ਔਰ ਜਿਹੜੇ ਬੰਦੇ ਕੋਲ ਨੈਸ਼ਨ ਇਜੀ ਹੋ ਜਾਂਦਾ ਬੰਦੇ ਨੂੰ ਕਰਨ ਆਈ ਠੀਕ ਹੈ ਕਿਉਂਕਿ ਉਹਦੇ ਵਿੱਚ ਇਹ ਹੁੰਦਾ ਜੀ ਬੰਦਾ ਆਂਦਾ ਜੀ ਇਹਨੂੰ ਇੱਕ ਪਰਮਿਸ਼ਨ ਲੈ ਲਓ ਜਾਂ ਆਪਾਂ ਨਾਰਮਲੀ ਪੰਜਾਬੀ ਭਾਸ਼ਾ ਕਹਿੰਦੇ ਆ 5 ਸਾਲਾ ਕਾਰਡ ਮਿਲ ਜਾਂਦਾ ਜੀ ਉਹਦੇ ਉੱਪਰ ਫਿਰ ਬੰਦੇ ਨੂੰ ਰਿਕੁਆਇਰਮੈਂਟ ਆਪਣੀ ਸ਼ੁਰੂ ਕਰ ਲੈਂਦਾ ਜੀ ਕਿਉਂਕਿ ਨਾਰਮਲੀ 90% ਮੇਰੇ ਹਿਸਾਬ ਨਾਲ ਯੂਰਪ ਦੇ ਪੁਰਤਗਾਲੀ ਕਿੱਦਾਂ ਦੀ ਕੰਟਰੀ ਆ ਆ ਜਿਹੜੀ ਫੈਮਿਲੀ ਸਪੋਨਸਰ ਨੂੰ ਬਹੁਤ ਸੌਖੀ ਆ ਜਿੱਦਾਂ ਮੰਨ ਲਓ ਇੱਕ ਉਦਾਹਰਨ ਦੇ ਤੌਰ ਤੇ ਮੇਰੇ ਕੋਲੇ ਪਾਸਪੋਰਟ ਆ ਫ੍ਰਾਂਸ ਦਾ ਜੀ ਮੈਂ ਆਪਣੇ ਮਾਪਿਆਂ ਨੂੰ ਬੁਲਾਉਣਾ ਆਇਆ ਹਾਂਜੀ ਪੁਰਤਗਾਲ ਦੇ ਵਿੱਚ ਜਦੋਂ ਮੈਂ ਅਕਰਾ ਜੇਕਰ ਮੈਂ ਇੱਥੇ ਆ ਕੇ ਅਪਲਾਈ ਕਰਦਾ ਪੇਪਰ ਤੇ ਮੈਨੂੰ 5 ਸਾਲ ਦਾ ਕਾਰਡ ਇਹਨਾਂ ਨੇ ਦੇ ਦੇਣਾ ਹੈ ਹਾਂਜੀ 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 ਉਸੇ 5 ਸਾਲ ਦੇ ਕਾਰਡ ਦੇ ਉੱਪਰ ਮੇਰਾ ਪ੍ਰੋਸੈਸ ਚੱਲ ਪੈਣਾ ਮੈਂ ਆਪਣੇ ਮਾਪਿਓ ਨੂੰ ਬੁਲਾ ਸਕਦਾ ਹਾਂ ਹਾਂਜੀ 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 ਤੇ ਮੇਰੇ ਫਰਾਂਸ ਵਾਲੇ ਪੇਪਰਾਂ ਨਾਲ ਤਾਂ ਕੋਈ ਨੁਕਸਾਨ ਹੈਗਾ ਜਾਂ ਉਹਦਾ ਕੋਈ ਕਨੈਕਸ਼ਨ ਕੋਈ ਸੀ ਹੈ ਪਾ ਜੀ ਜਦੋਂ ਆਪਾਂ ਯੂਰਪ ਦੀ ਜਾਂ ਨੈਚਰਲੀ ਲੈਣੇ ਆ ਨਾ ਹਾਂ ਹਾਂ ਉਹ ਆਪਾਂ तकरीबन तकरीबन ਸਾਰੇ ਪੁਰਤਗਾਲ ਆ ਲੋ ਜਾਂ ਯੂਰਪ ਦੇ ਵਿੱਚ ਸਾਰੇ ਕਾਨੂੰਨ ਬਰਾਬਰ ਹੀ ਨੇ ਠੀਕ ਹੈ ਜੀ ਉਹ ਇੱਕ ਲਾਲੋ ਪਰ ਰਜਿਸਟਰੀنگ ਕਰਾਣੀ ਪੈਂਦੀ ਹੈ ਨਾ ਵੀ ਠੀਕ ਆਪਾਂ ਨੂੰ ਇੱਕ ਪਰਮਿਸ਼ਨ ਲੈਣ ਦੀ ਲੈਣੀ ਪੈਂਦੀ ਆ ਵੀ ਠੀਕ ਹੈ ਜੀ ਮੈਂ ਇੱਥੇ ਕੰਮ ਕਰਨਾ ਚਾਹੁੰਦਾ ਉਹ ਬੜੇ ਈਜ਼ੀ ਤਰੀਕੇ ਨਾਲ ਮਿਲ ਜਾਂਦੀ ਆ ਵਧੀਆ ਪ੍ਰੋਸੈਸ ਆ ਜੀ ਉਹਦਾ ਉਸ ਤੋਂ ਬਾਅਦ ਜੇ 5 ਸਾਲਾ ਕਾਰਡ ਮਿਲ ਗਿਆ ਹਾਂਜੀ ਫਿਰ ਮਾਪਿਓ ਦਾ ਪ੍ਰੋਸੈਸ ਵੀ ਵੀਜ਼ਾ ਅਪਲਾਈ ਕਰਨਾ ਪੈਣਾ ਵੀ ਇਦਾਂ ਇੱਥੇ ਵੀ ਮੈਂ ਆਪਣੇ ਮਾਪਿਆਂ ਨੂੰ ਬੁਲਾਉਣਾ ਚਾਹੁੰਦਾ ਹਾਂ ਹਾਂਜੀ ਹਾਂਜੀ ਉਹਦੇ ਲਈ ਤੁਹਾਨੂੰ ਅਪੌਇੰਟਮੈਂਟ ਚੱਕਣੀ ਪੈਂਦੀ ਆ ਦੇਖੋ ਉਹ ਜਿਹੜੀ ਹੁੰਦਾ ਭਾਈ ਹਿਸਾਬ ਚੱਲ ਰਿਹਾ ਨਾ ਪਹਿਲਾਂ ਵੀ ਕੰਮ ਛੇਤੀ ਹੁੰਦੇ ਸੀ 2-3 ਮਹੀਨੇ ਚ ਕੰਮ ਹੋ ਜਾਂਦਾ ਸੀ ਹੁਣ ਦਾ ਜਿਹੜਾ ਸ਼ੈਫ ਦਾ ਕੰਮ ਆ ਸ਼ੈਫ ਦਾ ਕੰਮ ਬਹੁਤ ਲੇਟ ਹੋ ਰਿਹਾ ਜੀ ਦੇਖੋ ਕਈ ਵਾਰ ਸ਼ੈਫ 2 ਮਹੀਨੇ ਬਾਅਦ ਖੁੱਲ ਜਾਂਦੀ ਹੈ ਕਈ ਵਾਰ 5 ਮਹੀਨੇ ਬਾਅਦ ਖੁੱਲਦੀ ਹੈ ਕਈ 6 ਮਹੀਨੇ ਬਾਅਦ ਖੋਲਦੀ ਹੈ ਉਹਦੇ ਵਿੱਚ ਜਿਹੜਾ ਬੰਦਾ ਕੰਮ ਕਰ ਰਿਹਾ ਜਾਂ ਕਰਵਾ ਰਿਹਾ ਉਹਦੇ ਵਿੱਚ ਉਹਦਾ ਕੋਈ ਲਿੰਕ ਨਹੀਂ ਹੁੰਦਾ ਉਹ ਤੁਹਾਨੂੰ ਇੱਕ ਬੰਦੇ ਨੇ ਗਾਈਡੈਂਸ ਕਰਨਾ ਭਾਜੀ ਆ ਲੈਣ ਚੱਲੋ ਤੁਹਾਡਾ ਇਦਾਂ ਕੰਮ ਹੋ ਜਾਊਗਾ ਡਿਪੈਂਡ ਕਰਦਾ ਪੁਰਤਕਾ ਦੀ ਗਵਰਨਮੈਂਟ ਤੇ ਕਿਉਂਕਿ ਗਵ ਏ ਜੀ ਜੀ ਤੇ ਜਦੋਂ ਮਾਪਿਓਦੋਂ ਇੱਥੋਂ ਲੈਟਰ ਜਾਊਗਾ ਉੱਥੇ ਤੇ ਵੀਜ਼ਾ ਉੱਥੋਂ ਪੁਰਤਗਾਲ ਦੀ ਐਮਬੈਸੀ ਚ ਲੋਗ ਕਰੇ ਇੱਥੇ ਆ ਕੇ ਕਾਰਡ ਬਣਾ ਨਹੀਂ ਭਾਜੀ ਉੱਥੋਂ ਵੀਜ਼ਾ ਮਿਲਦਾ ਆਪਾਂ ਨੂੰ ਜੇ ਆਪਾਂ ਨੋਰਮਲ ਵੀਜ਼ੇ ਅਪਲਾਈ ਕਰਦੇ ਜੈਂਟ ਵੀਜ਼ਾ ਅਪਲਾਈ ਕਰਦੇ ਆਪਾਂ ਇੱਥੋਂ ਪੇਪਰ ਪਾਸ ਕਰਾ ਕੇ ਭੇਜਾਂਗੇ ਆਪਣੇ ਪੇਪਰ ਲਾ ਦੇਣੇ ਤੇ ਵਰਕ ਡੈਡ ਲਾਦਾ ਹਨਾ ਬੈਂਕ ਦੀ ਸਟੇਟਮੈਂਟ ਲਾ ਦੀ ਸਭ ਕੁਝ ਜਿੰਨੇ ਵੀ ਡਾਕੂਮੈਂਟ ਹੁੰਦੇ ਨੇ ਉਹ ਦੱਸ ਦਾਂਗੇ ਆਪਾਂ ਦੇ ਕੀ ਹਿਸਾਬਤਾ ਬੰਦਾ ਜੀ ਉਸ ਤੋਂ ਬਾਅਦ ਵੀਜ਼ਾ ਲੱਗਦਾ ਬੰਦੇ ਦਾ ਉਹਨਾਂ ਦੇ ਇੱਥੇ ਆਣ ਕੇ ਆਪਾਂ ਦੁਬਾਰਾ ਪਾਟਮੈਂਟ ਜਾ ਕੇ ਫਿੰਗਰ ਕਰਵਾ ਹੋ ਜਾਂਦੇ ਨੇ ਉਹਨਾਂ ਦੇ ਡਿਪੈਂਡੈਂਟ ਕਿਉਂਕਿ ਬੰਦਾ ਕੰਮ ਕਰਦਾ ਇੱਥੇ ਆ ਕੇ ਯਾਨੀ ਕਿ ਸਾਲ ਸਾਲ ਦਾ ਕਾਰਡ ਮਿਲਦਾ ਦੋ ਸਾਲ ਦਾ ਨਹੀਂ ਦੋ ਸਾਲ ਦਾ ਕਾਰਡ ਮਿਲਦਾ ਦੋ ਸਾਲ ਦਾ ਕਾਰਡ ਅੱਛਾ ਤੇ ਫਿਰ ਜਦੋਂ ਮੰਨ ਲਓ ਵੀ ਮਾਪਿਓ ਆ ਗਿਆ ਉਹਨਾਂ ਨੂੰ ਦੋ ਦੋ ਸਾਲ ਦੇ ਕਾਰਡ ਮਿਲ ਗਏ ਹਾਂਜੀ ਹਾਂਜੀ ਤੇ ਉਹ ਨੈਸ਼ਨੈਟੀ ਵੀ ਲੈ ਸਕਦੇ ਪੰਜ ਸਾਲਾਂ ਬਾਅਦ ਪਾਸਪੋਰਟ ਲੈ ਸਕਦੇ ਪੁਰਤਗਾਲ ਹਾਂਜੀ ਹਾਂਜੀ ਲੈ ਸਕਦੇ ਨੇ ਜੀ ਉਹ ਅੱਛਾ ਇਹ ਕਾ ਸਹੂਲਤਾਂ ਮਿਲਣਗੀਆਂ ਉਹ ਸੇਮ ਹੀ ਹੋਣਗੀਆਂ ਬੰਦੀ ਗ nationality ਆ ਹਾਂਜੀ ਮੰਨ ਲਓ ਐਗਜ਼ਾਮਪਲ ਵਾਲਾ ਸਾਡੇ ਕੋਲ ਪੁਰਤਗਾਲ ਦੀ ਤੁਹਾਡੇ ਕੋਲ ਫਰਾਂਸ ਦੀ ਹੈ ਤਾਂ ਅਧਿਕਾਰ ਤੁਹਾਨੂੰ ਵੀ ਉਨੇ ਹੀ ਨੇ ਕਿਉਂਕਿ ਤੁਸੀਂ ਵੀ ਯੂਰਪ ਦੇ ਸਿਟੀਜ਼ਨਸ਼ਿਪ ਹੋ ਹਾਂਜੀ ਤੇ ਸੇਮ ਹੀ ਹੈ ਜੀ ਹਾਂ 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 ਠੀਕ ਹੈ ਜੀ ਤੇ ਜੇਕਰ ਕਿਸੇ ਨੇ ਕੋਈ ਵੀ ਆਪਣਾ ਫੈਮਿਲੀ ਸੰਬੰਧੀ ਕੋਈ ਸਵਾਲ ਪੁੱਛਣਾ ਹੋਵੇ ਫਿਰ ਵੀ ਕੋਈ ਮਨ ਦੇ ਵਿੱਚ ਡਾਊਟ ਹੋਵੇ ਪਾਸਪੋਰਟ ਵਾਲੇ ਨੈਸ਼ਨੈਟੀ ਵਾਲੇ ਵੀ ਬੁਲਾ ਸਕਦੇ ਆ ਤੇ ਕਾਰਡਾਂ ਵਾਲੇ ਵੀ ਬੁਲਾ ਸਕਦੇ ਆ ਕਮੈਂਟ ਕਰ ਦਿਓ ਤਾਂ ਮੈਂ ਭਾਈ ਉਹਨਾਂ ਦੀ ਆਈਡੀ ਦੱਸਤੀ ਜੇ ਸੁਖ ਮਲੋਹ ਦੇ ਨਾਂ ਤੇ ਤੁਸੀਂ ਭਾਈ ਉਹਨਾਂ ਨੂੰ ਫੇਸਬੁੱਕ ਤੇ ਸਰਚ ਕਰ ਸਕਦੇ ਹੋ ਤੇ ਨਹੀਂ तकरीबन ਸਾਰੇ ਯੂਰਪ ਵਾਲਿਆਂ ਕੋਲੇ ਮੇਰਾ ਫੋਨ ਨੰਬਰ ਹੈਗਾ ਹੀ ਤੁਸੀਂ ਮੈਨੂੰ ਵਟਸਐਪ ਤੇ ਕਾਲ ਕਰਕੇ ਵੀ ਭਾਈ ਉਹਨਾਂ ਦਾ ਸੰਪਰਕ ਲੈ ਸਕਦੇ ਹੋ ਤਾਂ ਜੇਕਰ ਕੋਈ ਬੁਲਾਉਣਾ ਚਾਹੁੰਦਾ ਆ ਤਾਂ ਆਪਣੇ ਮਾਪਿਓ ਨੂੰ ਬੁਲਾ ਸਕਦੇ ਤੁਸੀਂ ਵਧੀਆ ਪੇਪਰਾਂ ਦੇ ਉੱਪਰ ਕਿਉਂਕਿ ਜੇਕਰ ਯੂਰਪ ਤੇ ਆਪਾਂ ਬੁਲਾਨੇ ਤਾਂ ਉਹ ਇੱਕ ਵਾਰੀ ਵਿਜ਼ਿਟ ਕਰ ਲੈਂਦੇ ਆ ਮਹੀਨਾ ਦੋ ਮਹੀਨੇ ਰਹਿੰਦੇ ਆ ਤੇ ਕਈ ਪਰਿਵਾਰ ਆਪਣੇ ਇਦਾਂ ਦੇ ਨੇ ਜਿਨ੍ਹਾਂ ਦੇ ਪਿੱਛੇ ਮਾਪਿਓ ਹੀ ਨਹੀਂ ਨੇ ਪਿਓ ਚਾਹੁੰਦੇ ਨੇ ਕਿ ਸਾਡੇ ਮਾਪਿਓ ਸਾਡੇ ਕੋਲ ਪਰਮਾਨੈਂਟਲੀ ਆ ਜਾਣ ਜੇਕਰ ਆਪਾਂ ਕਿਸੇ ਫਰਾਂਸ ਦੇ ਵਿੱਚ ਰੱਖਦੇ ਜਾਂ ਜਰਮਨ ਦੇ ਵਿੱਚ ਰੱਖਦੇ ਆ ਤਾਂ ਉਹ ਫਿਰ ਉੱਥੋਂ ਦੇ ਹਿਸਾਬ ਦੇ ਨਾਲ ਆਪਾਂ ਨੂੰ ਸਿਸਟਮ ਚਲਾਉਣਾ ਪੈਂਦਾ ਆ ਜੇਕਰ ਆਪਾਂ ਪੇਪਰ ਆਪਣੇ ਥੋੜੇ ਜਿਏ ਇਸ ਹਿਸਾਬ ਨਾਲ ਅਪਲਾਈ ਕਰਕੇ ਸਾਧਦੇ ਆ ਤਾਂ ਇੱਕ ਡਿਫਰੈਂਟ ਹੋ ਜਾਂਦਾ ਆ ਤੇ ਨਾਲੇ ਪੇਪਰ ਜਿਹੜੇ ਆ ਪੇਪਰ ਦੇ ਪੇਪਰ ਬਣ ਜਾਂਦੇ ਆ ਸਾਰੀਆਂ ਸੁੱਖ ਸਹੂਲਤਾਂ ਉਹ ਪੁਰਤਗਾਲ ਵਾਲੀਆਂ ਮਿਲ ਜਾਂਦੀਆਂ ਨੇ ਤੇ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਠੀਕ ਹੈ ਥੈਂਕ ਯੂ ਭਾਜੀ ਤੁਹਾਡਾ ਬਹੁਤ ਬਹੁਤ ਸასი ਸ਼ਿਕਾ